ਅਤੇ ਉਹ ਜੀ ਇਹਨਾਂ ਦੇ ਚਾਰ ਪੰਜ ਵਰਕਰ ਇਕੱਠੇ ਖੜ੍ਹੇ ਸੀ, ਉਹਨਾਂ ਨੇ ਮੈਨੂੰ ਅਤੇ ਪਾਪਾ ਨੂੰ ਧੱਕਾ ਮਾਰਿਆ, ਹੱਥੋਂ ਹੋ ਗਏ ਨਾਲ ਹੀ। ਉਹਨੇ ਦੋ ਹਵਾ 'ਚ ਫਾਇਰ ਕੀਤੇ, ਨਹੀਂ ਨਿਕਲੇ, ਮਿਸ ਹੋ ਗਏ। ਤੀਜਾ ਉਹਨੇ ਮੇਰੇ ਸਿਰ 'ਤੇ ਮਾਰਤੀ। ਉੱਪਰ ਦੀ ਦੋ ਮੁੰਡੇ ਟਿੱਕਾ ਇਹ ਲਾਇਆ ਹੋਇਆ, ਕਹਿੰਦੇ ਬਰਾਦਰੀ ਅਸੀਂ ਦੇਖ ਲੈਂਦੇ ਕੀ ਬਰਾਦਰੀ ਕਰ ਲੂਗੀ। ਦੂਜਾ ਮੁੰਡਾ ਆਇਆ, ਭਾਜੀ ਨੇ ਇੱਥੋਂ ਫੜ ਕੇ ਫਾਇਰ ਨਹੀਂ ਕਰਨ ਲੱਗ ਗਿਆ, ਉਹਨੇ ਦੋ ਵਾਰੀ ਫਾਇਰ ਕੀਤੇ ਉੱਪਰ, ਮਿਸ ਹੋ ਗਏ, ਬਾਅਦ 'ਚ ਮੁੱਠਾ ਮਾਰਿਆ। ਬਣ ਰਹੀ ਹੈ, ਪਿਛਲੇ 4-5 ਸਾਲ ਤੋਂ ਬਣ ਰਹੀ ਹੈ, ਅਤੇ ਜਦੋਂ ਜਦੋਂ ਵੀ ਇਹਨਾਂ ਨੂੰ ਇੱਥੇ ਪੈਡ ਲੱਗਦੀ ਤਾਂ ਦਿੱਕਤ ਹੁੰਦੀ ਹੈ। ਇਹਨਾਂ ਦੀਆਂ ਗੱਡੀਆਂ ਲੰਘਦੀਆਂ ਸਿਲੰਡਰਾਂ ਦੀਆਂ, ਪਿੱਛੇ ਭਰਦੇ ਆਕਸੀਜਨ ਸਿਲੰਡਰ ਭਰਦੇ ਜੀ, ਇਹ ਕਮਰਸ਼ੀਅਲ ਏਰੀਏ ਦੇ ਵਿੱਚ ਜਿਹਨੂੰ ਅਸੀਂ ਟੋਟਲੀ ਬਰੂਦ ਕਹਿੰਦੇ ਹਾਂ। ਗੱਲ ਹੋਈ ਹੈ ਜੀ, ਕਹਿੰਦਾ ਫਾਇਰ ਕੀਤੇ ਜੀ, ਦੇਖੋ ਕੋਈ ਅਸਲਾ ਨਹੀਂ ਹੈਗਾ ਇੱਥੇ, ਠੀਕ ਹੈ ਜੀ, ਆਪਣਾ ਸਿਰ ਪਾਰ ਆਇਆ ਅੰਦਰੋਂ ਆਪ ਹੀ, ਅਤੇ ਆ ਕੇ ਕਹਿੰਦਾ ਜੀ ਮੇਰੇ 'ਤੇ ਫਾਇਰ ਕਰ ਦਿੱਤੇ ਇਹਨਾਂ ਨੇ। ਖਬਰ ਹੁਸ਼ਿਆਰਪੁਰ ਦੇ ਮੁਹੱਲਾ ਕੱਚਾ ਟੋਬਾ ਤੋਂ ਹੈ, ਜਿੱਥੇ ਅੱਜ ਸਵੇਰੇ ਕਰੀਬ 10 ਵਜੇ ਮੁਹੱਲੇ 'ਚ ਹੀ ਸਥਿਤ ਇੱਕ NRI ਫੈਸ਼ਨ ਸਟੋਰ ਦੇ ਮਾਲਕ ਅਤੇ ਉਸਦੀ ਨਾਲ ਦੀ ਗਲੀ 'ਚ ਰਹਿਣ ਵਾਲੀ ਇੱਕ ਮੁਹੱਲਾ ਵਾਸੀ ਵਿਚਕਾਰ ਹੋਏ ਲੜਾਈ ਝਗੜੇ 'ਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਣ 'ਤੇ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਮੁਨੀਸ਼ ਭੱਲਾ ਨੇ ਦੱਸਿਆ ਕਿ NRI ਫੈਸ਼ਨ ਸਟੋਰ ਦੇ ਮਾਲਕ ਵੱਲੋਂ ਗਲੀ 'ਚ ਬਿਨਾਂ ਕਿਸੇ ਦੀ ਪਰਮਿਸ਼ਨ ਤੋਂ ਹੀ ਗਾਡਰੀ ਲਗਾ ਦਿੱਤੀ, ਜਿਸ ਕਾਰਨ ਉਹਨਾਂ ਨੂੰ ਆਉਣ ਜਾਣ 'ਚ ਬੜੀਆਂ ਦਿੱਕਤਾਂ ਆ ਰਹੀਆਂ ਸਨ ਅਤੇ ਉਹਨਾਂ ਵੱਲੋਂ ਇਹ ਗਾਡਰ ਪੁੱਟ ਦਿੱਤਾ ਗਿਆ ਸੀ ਅਤੇ ਅੱਜ ਸਵੇਰੇ ਦੁਬਾਰਾ ਇਹਨਾਂ ਵੱਲੋਂ ਗਾਡਰ ਲਗਾਇਆ ਜਾ ਰਿਹਾ ਸੀ ਅਤੇ ਜਦੋਂ ਉਹਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਸਟੋਰ ਦੇ ਮਾਲਕ ਨੇ ਆਪਣੇ ਹੋਰਨਾਂ ਕਰਿੰਦਿਆਂ ਨਾਲ ਮਿਲ ਕੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਇੰਨਾ ਹੀ ਨਹੀਂ, ਸਟੋਰ ਦੇ ਮਾਲਕ ਦੇ ਭਰਾ ਵੱਲੋਂ ਹਵਾ 'ਚ ਪਿਸਤੌਲ ਲਹਿਰਾ ਕੇ ਫਾਇਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰੰਤੂ ਫਾਇਰ ਮਿਸ ਹੋ ਗਏ। ਦੂਜੇ ਪਾਸੇ ਫੈਸ਼ਨ ਸਟੋਰ ਦੇ ਮਾਲਕ ਗੌਰਵ ਕੁਮਾਰ ਨੇ ਦੱਸਿਆ ਕਿ ਉਸ ਵੱਲੋਂ ਬਿਲਡਿੰਗ ਬਣਾਈ ਜਾ ਰਹੀ ਹੈ ਅਤੇ ਜਦੋਂ ਗੱਡੀਆਂ ਲੰਘਦੀਆਂ ਨੇ ਤਾਂ ਉਹਨਾਂ ਦੀਆਂ ਕੰਧਾਂ ਖਰਾਬ ਹੁੰਦੀਆਂ ਨੇ ਅਤੇ ਕਈ ਵਾਰ ਮੁਨੀਸ਼ ਭੱਲਾ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਮੁਨੀਸ਼ ਭੱਲਾ ਵੱਲੋਂ ਆਪਣਾ ਸਿਰ ਖੁਦ ਪਾੜਿਆ ਗਿਆ ਹੈ ਅਤੇ ਕੋਈ ਵੀ ਫਾਇਰ ਨਹੀਂ ਹੋਇਆ ਹੈ। ਇਸ ਸਾਰੇ ਮਾਮਲੇ ਸੰਬੰਧੀ ਜਦੋਂ ਮੌਕੇ 'ਤੇ ਪਹੁੰਚੇ ASI ਨਾਨਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਹੁਸ਼ਿਆਰਪੁਰ ਨਿਊਜ਼ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਮਨੀਸ਼ ਭੱਲਾ ਭਾਅ ਜੀ, ਮੇਰਾ ਕੱਚਾ ਰੋਬਾ ਨਿਵਾਸੀ, ਇੱਥੇ ਨਾ ਕੱਲ੍ਹ ਨੂੰ ਦੁਪਹਿਰ ਵੇਲੇ ਗੱਬੇ ਰਸਤੇ 'ਤੇ ਗਾਡੀ ਜੀ ਲਾਤੀ ਤਾਂ ਕਿ ਗੱਡੀਆਂ ਅੰਦਰ ਨਾ ਜਾ ਪਾਉਣ। ਸਾਡਾ ਇਹ ਮੇਨ ਰਸਤਾ ਅੰਦਰ ਜਾਣ ਦਾ, ਜੇ ਗਾਡੀ ਲੱਗ ਜੂਗੀ ਤਾਂ ਅਸੀਂ ਗੱਡੀਆਂ ਕਿਤੇ ਅੰਦਰ ਲੱਗ ਜਾਵਾਂਗੇ, ਠੀਕ ਆ। ਕੋਈ ਪਰਮਿਸ਼ਨ ਨਹੀਂ ਸੀ, ਅਸੀਂ MC ਨੂੰ ਵੀ ਪੁੱਛ ਲਿਆ, ਉਹ ਕਹਿੰਦੇ ਸਾਡੇ ਵੱਲੋਂ ਕੋਈ ਪਰਮਿਸ਼ਨ ਨਹੀਂ ਹੈਗੀ, ਤੁਸੀਂ ਪੱਟ ਦਿਓ, ਸਾਡਾ ਨਹੀਂ ਕੋਈ ਵਿੱਚ ਰੋਲ ਹੈਗਾ, ਤੁਸੀਂ ਤੁਹਾਡਾ ਰਸਤਾ ਤੁਸੀਂ ਆਪ ਖੋਲੋ। ਹੁਣ ਰੀਸੈਂਟਲੀ ਕੀ ਹੋਇਆ? ਹੁਣ ਰੀਸੈਂਟਲੀ ਇੱਦਾਂ ਹੋਇਆ ਜੀ, ਇਹ ਨਾ ਰਾਤੀ ਅਸੀਂ ਪੜਤਾ ਸੀਗਾ, ਗੱਡੀ ਵਾੜਨੀ ਸੀ, ਇਹ ਦੁਬਾਰਾ ਅਸੀਂ ਅੰਦਰ ਰੱਖੀ ਸੀ ਗੱਡੀ। ਰੀਸੈਂਟਲੀ ਭਾਜੀ ਇੱਦਾਂ ਹੋਇਆ ਦੁਕਾਨ ਤੇ, ਇੱਕ ਮਿੰਟ ਸਾਨੂੰ ਕਰ ਲਾਂਗੇ ਇਹ ਬਰਾਦਰੀ ਨੂੰ ਵੀ ਗਾਲਾਂ ਕੱਢਦੇ ਆ ਜੀ। ਇਹ ਨਾ ਫੇਰ ਤੋਂ ਗੱਡੀ ਜੀ ਸਾਡੇ ਕੋਲ ਲੈ ਕੇ, ਅਸੀਂ ਕਹਿੰਦੇ ਜੀ ਲਾਣਾ ਆ, ਠੀਕ ਆ, ਇਹ ਅੰਦਰੋਂ ਚੱਕ ਲਿਆ ਅਤੇ ਹੁਣ ਲਾਣ ਲੱਗੇ ਅਸੀਂ ਨਾਲ ਹੀ ਕੋਲ ਖੜ੍ਹ ਗਏ, ਅਸੀਂ ਕਿਹਾ ਜੀ ਕਿਉਂ ਲਾਣਾ, ਅਤੇ ਉਹ ਜੀ ਇਹਨਾਂ ਦੇ 4-5 ਵਰਕਰ ਇਕੱਠੇ ਖੜ੍ਹੇ ਸੀ, ਉਹਨਾਂ ਨੇ ਮੈਨੂੰ ਅਤੇ ਪਾਪਾ ਨੂੰ ਧੱਕਾ ਮਾਰਿਆ, ਹੱਥੋਂ ਬਾਈ ਹੋ ਗਏ ਨਾਲ ਹੀ ਬਿਨਾਂ ਕਿਸੇ ਵਜ੍ਹਾ ਤੋਂ। ਰਿਵੋਲਵਰ ਉਹ ਬਾਅਦ 'ਚ ਇਹਦਾ NRI ਵਾਲਾ ਜਿਹੜਾ ਪਹਿਲਾਂ ਛੋਟਾ ਭਰਾ ਲੜਿਆ, ਸਾਰੇ 5-6 ਜਣੇ ਹੱਥ ਬਾਈ ਹੋ ਗਏ, ਬਾਅਦ 'ਚ ਵੱਡਾ ਭਰਾ ਆ ਗਿਆ ਰਿਵੋਲਵਰ ਲੈ ਕੇ, ਉਹਨੇ ਦੋ ਹਵਾ 'ਚ ਫਾਇਰ ਕੀਤੇ, ਨਹੀਂ ਨਿਕਲੇ, ਮਿਸ ਹੋ ਗਏ। ਤੀਜਾ ਉਹਨੇ ਮੇਰੇ ਸਿਰ 'ਤੇ ਮਾਰਤੀ, ਮੇਰੇ ਕੱਪੜੇ ਵੀ ਪਾੜਤੇ, ਹੁਣ ਨਵੀਂ ਟੀ ਸ਼ਰਟ ਮੈਂ ਪਾ ਕੇ ਆਇਆ ਹੋਇਆ, ਦੇਖੋ ਹਲੇ ਚੱਲੇ ਹਾਂ ਜੀ, ਬੁਲਾਇਆ ਸੀ ਥਾਣੇ ਤੋਂ ਬੁਲਾਇਆ ਹੋਇਆ। ਕੁਛ ਵੀ ਨਹੀਂ ਭਾਜੀ, ਮੈਂ ਸਵੇਰੇ ਕੰਮ ਕਰਦੀ ਪਈ ਸੀ ਦੁਕਾਨ 'ਤੇ, ਇਹਨਾਂ ਦੇ ਦੋ ਮੈਮ ਮੋਨਿਕਾ ਥਾਪਰ ਬਰਾਦਰੀ ਦੀਆਂ, ਆਪਾਂ ਇਹਨਾਂ ਬਰਾਦਰੀ ਨੂੰ ਵੀ ਗਾਲਾਂ ਕੱਢੀਆਂ ਹੈ, ਤਾਂ ਉਹ ਮੁੰਡੇ ਸੀ, ਮੈਂ ਦੁਕਾਨ 'ਤੇ ਕੰਮ ਕਰਦੀ ਪਈ ਸੀ, ਇਹ ਕਹਿੰਦੇ ਕਿ ਸਾਡਾ ਗਾਡਰ ਦੇ ਦਿਓ, ਮੈਂ ਕਿਹਾ ਭਾਜੀ ਉੱਥੇ ਪਿਆ ਹੋਣਾ ਆ, ਇਹ ਜਾਣ ਲੱਗੇ ਮੈਨੂੰ ਕਹਿੰਦੇ ਉਹਨੂੰ ਕਹਿ ਦੀ ਕਿ ਜੇ ਬੇ ਦਾ ਪੁੱਤ ਵਾ ਥੱਲੇ ਆ ਕੇ ਸਾਨੂੰ ਲੜ ਲਾ। ਮੈਂ ਭਾਜੀ ਨੂੰ ਫੋਨ ਕੀਤਾ ਕੋਠੇ 'ਤੇ, ਮੈਂ ਕਿਹਾ ਭਾਜੀ ਇੱਦਾਂ ਦਾ ਗਾਡਰ ਲੈ ਕੇ ਗਏ, ਇੱਦਾਂ ਕਹਿ ਕੇ ਗਏ ਆ, ਆ ਜਿਹੜੇ ਵਰਕਰ ਮੈਂ ਇੱਥੇ ਦੋ ਮੁੰਡੇ ਕੰਮ ਕਰਦੇ ਵਰਕਰ ਕਾਲੇ ਕਾਲੇ ਜੇ, ਤਾਂ ਉਹ ਕਹਿ ਕੇ ਗਏ, ਤਾਂ ਉਸ ਤੋਂ ਬਾਅਦ ਇਹਨਾਂ ਨੇ ਮੈਂ ਭਾਜੀ ਨੂੰ ਸੱਦਿਆ, ਮੈਂ ਕਿਹਾ ਭਾਜੀ ਇੱਦਾਂ ਬੋਲਦੇ ਪਏ ਸੀ ਇੱਥੇ ਆ ਕੇ ਗੱਲ ਹੀ ਕਰਦੇ ਪਏ ਨੇ, ਸਾਰੇ ਜਣੇ ਵਰਕਰ ਭਾਜੀ ਨੂੰ ਪੈ ਗਏ ਹੈ ਨਾ, ਤਾਂ ਉਹ ਇੱਟਾਂ ਮਾਰਨ ਲੱਗ ਗਏ, ਇਹਨਾਂ ਨੇ ਚਪੇੜਾ ਭਾਜੀ ਦੇ ਮਾਰ ਦਿੱਤੀ, ਮੈਨੂੰ ਵੀ ਸਿੱਟਿਆ, ਅੰਕਲ ਨੂੰ ਵੀ ਸਿੱਟਿਆ, ਉੱਪਰ ਦੀ ਦੋ ਮੁੰਡੇ ਟਿੱਕਾ ਇਹ ਲਾਇਆ ਹੋਇਆ, ਕਹਿੰਦੇ ਬਰਾਦਰੀ ਅਸੀਂ ਦੇਖ ਲੈਂਦੇ ਕੀ ਬਰਾਦਰੀ ਕਰ ਲੂਗੀ, ਇਹਦਾ ਧੱਕਾ ਮਾਰ ਕੇ ਤਾਂ ਇੱਦਾਂ ਥੋੜ੍ਹੀ, ਬਾਅਦ 'ਚ ਉਹ ਦੂਜਾ ਮੁੰਡਾ ਆਇਆ, ਭਾਜੀ ਨੇ ਇੱਥੋਂ ਫੜ ਕੇ ਫਾਇਰ ਨਹੀਂ ਕਰਨ ਲੱਗ ਗਿਆ, ਉਹਨੇ ਦੋ ਵਾਰੀ ਫਾਇਰ ਕੀਤੇ ਉੱਪਰ, ਬਾਅਦ 'ਚ ਮੁੱਠਾ ਮਾਰਿਆ, ਚਿੱਟਾ ਪੀ ਕੇ ਇੱਥੇ ਕੰਮ ਕਰਦੇ ਆ ਸਾਰੇ ਜਿੰਨੇ ਵੀ ਵਰਕਰ ਵਾ, ਇੱਥੇ ਸਾਰੀ ਪਬਲਿਕ ਖੜੀ ਪਈ ਆ, ਠੀਕ ਆ, ਸਾਰੇ ਰਿਪੋਰਟਰ, ਕਈ ਕਿਲੋ ਰਿਪੋਰਟਰ ਵੀ ਇੱਥੇ ਸੀਗੇ, ਬਾਕੀ ਸਾਰੇ ਬੰਦੇ ਇੱਥੇ ਖੜੇ ਆ, ਆਂਢ ਗੁਆਂਢ ਸਾਰੇ ਖੜੇ ਆ, ਸਾਰੇ ਸਾਹਮਣੇ ਗੱਲ ਹੋਈ ਹੈ, ਮੰਗ ਕੀ ਸਰ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਇਹ ਥੋੜਾ ਕਿ ਹਵਾ 'ਚ ਫਾਇਰ ਕੱਢਣ ਸਾਰੇ ਡਰਾ, ਇਹ ਭਾਜੀ ਇੱਕ ਤਾਂ ਇਹਨਾਂ ਦਾ ਕੰਮ ਹੈਗਾ ਕੱਪੜੇ ਦਾ, NRI ਕਲੋਥ ਹਾਊਸ ਨਾਮ ਆ, ਅਤੇ ਇੱਕ ਵੱਡੇ ਭਰਾ ਦਾ ਕੰਮ ਹੈਗਾ ਦੁੱਧ ਦਾ, ਮੇਰਾ ਆਕਸੀਜਨ ਸੈਂਟਰਾਂ ਦਾ ਕੰਮ ਆ,
मेडिकल ऑप्शन गैस जी जाती है उन्होंने भी पहला भी 3 साल तो लड़ाई होंगी सी ये कहते जी अग अगे तुम बारूद का ढेर रखे है जो हस्पताल सिलेंडर जान पहुँचाते हैं उन्होंने बारूद का ढेर कि कह सकते हैं मुंडे आ गए हथो बी हो गए इन्होंने नौकर बाद भी हो गए सात अठ जने बंदे कले नू पै गए जी इत्थे सर बाजार वाले ने गल के छुड़ाया जी सारे हां जी मेरा नाम गौरव कुमार है जी मैं NRI फैशन स्टोर का मालिक हाँ मेरी बिल्डिंग बन रही है पिछले 4-5 साल तो बन रही है जो जो भी इन्हों इतने पैड लगती तो दिक्कत होंगी इन्हों गड्डियां लगदियां सिलेंडर दी पिछे भरते ऑक्सीजन सिलेंडर भरते जी है कमर्शियल एरिए जिन्होंने अं टोटली बारूद कहने कि अभी बारूद के ढेर से बैठे हैं और इन्होंने बड़े प्यार कई बार समझाया कि तुम अपन गड्डिया इतों ना कढ़िया करो पिछों गेट हैगा उतों कढ़िया करो वड्डिया गड्डिया साढ़िया कंधा खराब होंगे वा साढ़े परनाले तोड़ जाते जी है बार बार बेनती करने बाद परमिशन लैके इतने गार्डर लाया जी राती मुंडे ने गार्डर पटता तो धमकियां दिता वा जे ते दम होगा तो गार्डर दोबारा ला के दिखा दियो भला जी भला मुंडा अंदर तो सवेरे हथों पाई हुआ जी साड़ी दुकान के मुंडे इट मारन लगा सगा तो इस करके गल बदी जी सारी है हुण गल हुई है जी कहिंदा फायर किते जी जे कोई असला नहीं हैगा इत्थे ठीक है जी अपना सिर पार आया अंदरों आ पई तो आके कहिंदा जी मेरे ते फायर कर दिते इन्होंने कोई फायर नहीं होया जी कैमरे लगे कढ़वा लो जिथों मर्जी अपने आप सट्टा मार गया जी अंदरों ओह कोई सट्ट नहीं लगी अपने आप मार गया इस गल है जी घंटा पहला की गल है जी है यह काम चल रही 4 साल हो गए मैं कौंसलर साहब ने एक दो बार पहला भी किया जी साडे जिहड़े वार्ड दे विजय अग्रवाल जी कौंसलर आ उन्होंने मैं शिकायत की दो बार जी पहला है नहीं मैं गल की उन्होंने गार्डर तो काफ़ी टाइम तो लगे जी अज का नहीं लगा हूँ इन्हें पट्टिया रात को तो कहें दम है तो दोबारा ला के दिखा दो कोई नहीं जी CCTV लगे जी जितों मर्जी फुटेज कटा लो कोई फायर नहीं होया कोई पिस्तौल नहीं कढ़िया किसी ने किसी को कुछ नहीं है जी इतने किसी कोई असला नहीं है ਪਾਜੀ ਕੀ ਗੱਲ ਹੋਈ ਸੀ ਇੱਥੇ ਸਾਨੂੰ ਤਾਂ ਸੂਚਨਾ ਮਿਲੀ ਕਿ ਇੱਥੇ ਕੱਚਾ ਡੋਬੇ ਦੋ ਤਰ੍ਹਾਂ ਦੀ ਲੜਾਈ ਹੋ ਗਈ ਆ ਮੌਕੇ 'ਤੇ ਆਏ ਆ ਅਤੇ ਜਿਹਦੇ ਸੱਟ ਲੱਗੀ ਆ ਔਲਰੇਡੀ ਉਹ ਸਿਵਲ ਹੋਸਪਿਟਲ ਪਹੁੰਚ ਚੁੱਕਾ ਆ ਉਹਦੇ ਬਿਆਨ ਲੈਣ 'ਤੇ ਜੋ ਵੀ ਕਾਰਵਾਈ ਉਹਦੇ ਬਿਆਨ ਮੁਤਾਬਕ ਕਾਰਵਾਈ ਹੋ ਗਈ ਪਤਾ ਕੋਈ ਫਾਇਰ ਫੂਰ ਚੱਲਣ ਦੀ ਵੀ ਸੂਚਨਾ ਆਇਆ ਕਿ ਗੋਲੀਆਂ ਚੱਲੀਆਂ ਰੌਲਾ ਆਇਆ ਪਰ ਫਾਇਰ ਸੰਬੰਧੀ ਕੋਈ ਵੀ ਹਜੇ ਸਾਡੇ ਕੋਲ ਕਿਸੇ ਨੇ ਪੁਖਤਾ ਸਬੂਤ ਨਹੀਂ ਦਿੱਤਾ ਜੋ ਜਿਹੜਾ ਇੰਜਰਡ ਬੰਦਾ ਉਹਦੇ ਬਿਆਨ ਲੈਣ 'ਤੇ ਜਿਹੜੀ ਨੈਸ ਕਾਰਵਾਈ ਹੈ ਉਹਦੇ 'ਚ ਕੋਈ ਲੱਗਾ ਪਤਾ ਮੁੱਢਲੀ ਜਾਣਕਾਰੀ 'ਚ ਕਿਉਂ ਲੜਾਈ ਹੋਈ ਜਾਂ ਕੀ ਕਾਰਨ ਰਿਹਾ ਇਹ ਕੁਝ ਗਲੀ ਦੇ ਵਿੱਚ ਖੰਭਾ ਖੁੰਭਾ ਗੱਡਿਆ ਸੀਗਾ ਜਿਹਦੇ ਕਰਕੇ ਇਹ ਝਗੜਾ ਹੋਇਆ ਦੋਨਾਂ ਦਾ CCTV ਮੁੱਢਲੀ ਕਾਰਵਾਈ ਦੌਰਾਨ ਆਈ ਹੋਵੇ ਸਾਹਮਣੇ CCTV ਦੀਆਂ ਫੋਟੋ 'ਚ ਜੋ ਲੱਗੇ ਆ ਹਾਸਲ ਕਰਕੇ ਉਹਦੇ ਮੁਤਾਬਕ ਜਿਹੜੀ ਅਤੇ ਉਹਦੇ ਬਿਆਨ ਮੁਤਾਬਕ ਜੋ ਕਾਰਵਾਈ ਕੀਤੀ